ਮੈਂ ਕਿਹਾ ਨਾ ਉਹੀ ਗੱਲ ਆ, ਆ ਕੇ ਆਉਣ ਵਾਲਾ ਹੋਊਗਾ, ਗਾਲਾਂ ਦੇਊਗਾ ਵੀ ਹਲੇ ਰੋਟੀ ਨੀ ਪਕਾਈ, ਭਾਂਡੇ ਛੱਡ ਕੇ ਪਤਾ ਨੀ ਕੀ ਆਦਤ ਪੈ ਰਹੀ। ਉਹੀ ਗੱਲ, ਢਿੱਡ ਚ ਦਰਦ ਹੋਣ ਲੱਗ ਜਾਂਦਾ ਜੇ ਕੋਈ ਗੱਲ ਨਾ ਕਰੀਏ। ਐਵੀਂ ਚਾਚੀ ਨੇ ਘੰਟਾ ਲਵਾ ਲਿਆ, ਆਪ ਤਾਂ ਸਾਰਾ ਨਿਬੇੜ ਰੱਖਿਆ ਸੀ, ਮੈਸਾਂ ਵੀ ਛੱਡ ਲਈਆਂ ਸੀ ਟੋਬੇ ਤੇ, ਤੇ ਮੇਰਾ ਸਾਰਾ ਕੰਮ ਰਖਾ ਦਿੰਦੀ ਐ, ਕਦੇ ਉਰਲੀ ਛੇੜ ਲਈ, ਕਦੇ ਪਾਲਣ ਛੇੜ ਲਈ, ਸਾਰਾ ਦਿਨ ਚਾਚੀ ਤਾਂ ਸਾਰੇ ਪਿੰਡ ਦੀਆਂ ਬਿੜਖਾਂ ਰੱਖਦੀ। ਹਜੇ ਭਾਂਡੇ ਹੀ ਮਾਂਜੀ ਜਾਂਦੀ ਐ ਤੂੰ ਬੈਠੀ ਇੱਥੇ, ਮੂੰਹ ਮੈਂ ਮਰ ਜਾ ਨਾ। ਆ ਵੀ ਗਿਆ ਤੂੰ ਤੇ ਫਿਰ ਹੋਰ ਆਉਣਾ ਨਹੀਂ ਸੀਗਾ ਮੈਂ, ਹੁਣ ਮੋਟਰ ਛੱਡ ਕੇ ਮੈਂ ਆਪਦਾ ਨਕਾ ਬੰਦਾ ਕਰਕੇ ਪਾਣੀ ਪੈਂਦਾ ਕਰਕੇ ਆ ਗਿਆ। ਅੱਛਾ, ਮੈਂ ਆਖਾ ਕਿਤੇ ਹਲੇ ਲਾਏਗਾ ਹੋਰ ਘੰਟਾ ਦੋ ਘੰਟੇ। ਭਾਂਡੇ ਇੱਥੇ ਨਾ ਤੜਕੇ ਦੇ ਪਏ ਆ, ਤੂੰ ਹਜੇ ਹੁਣ ਮਾਂਜਦੀ ਐ ਭਾਂਡੇ ਹੈ? ਬੇ ਪੁੱਛਣਾ, ਪਹਿਲਾਂ ਨਾ ਮੇਰਾ ਸਿਰਜਾ ਦੁਖਣ ਲੱਗ ਗਿਆ ਸੀ, ਮੈਂ ਤਾਂ ਗੋਲੀ ਲੈ ਕੇ ਪੈ ਗਈ ਸੀਗੀ। ਓਏ ਆਹੋ ਆਹੋ, ਸਿਰ ਤਾਂ ਕਾਹਨੂੰ ਦੁਖਦਾ ਸੀ, ਆ ਡਾਕ ਚੌਂਕੀਆਂ ਮੁੱਕਣ ਫੇਰ ਹੀ ਆ ਭਾਂਡੇ ਦਾ ਫੇਰ ਹੀ ਮਾਂਜੇ ਜਾਣਾ। ਨਾ ਉਹੀ ਗੱਲ ਪੈ ਜਾਣਾ, ਤੈਨੂੰ ਕੀ ਪਤਾ ਵੀ ਮੈਂ ਡਾਕ ਚੌਂਕੀਆਂ ਕਰਦੀ ਸੀਗੀ। ਉਹ ਮੈਨੂੰ ਪਤਾ ਹੀ ਆ, ਫਿਰ ਭਾਂਡੇ ਨਾ ਮਾਂਜੇ ਜਾਂਦੇ। ਭਾਂਡੇ ਨਾ ਮਾਂਜੇ ਜਾਂਦੇ, ਹੁਣ ਅਗਲੇ ਦਾ ਦੁਖਣ ਸੁਖਣ ਵੀ ਲੱਗ ਜਾਂਦਾ। ਆਹ ਲੱਗ ਜਾਂਦਾ ਦੁਖਣ ਸੁਖਣ। ਚੱਲ ਚੰਗਾ, ਆ ਮਾਂਜ ਕੇ ਭਾਂਡੇ ਰੋਟੀ ਲਿਆ ਦੇ ਮੈਨੂੰ, ਮੈਂ ਜਾਣਾ। ਰੋਟੀ ਤਾਂ ਹਲੇ ਮੈਂ ਪਕਾਈ ਨਹੀਂ, ਭਾਂਡੇ ਮਾਂਜ ਕੇ ਪਕਾਉਂਗੀ। ਹਜੇ ਕਾਹਨੂੰ ਪਕਾਉਣੀ ਆ ਰੋਟੀ, ਹਜੇ 2 ਘੰਟੇ ਹੋਰ ਠਹਿਰ ਜਾ, ਮੈਂ ਗੁਰਦੁਆਰੇ ਖਾ ਆਉਣਾ ਜਾ ਕੇ। ਓਕੇ, ਮੈਂ ਗੁਰਦੁਆਰੇ ਖਾ ਆਉਣਾ, ਅੱਗੇ ਤਾਂ ਤੂੰ ਕਹਾਂ ਰੋਜ਼ ਹੀ ਗੁਰਦੁਆਰੇ ਖਾ ਕੇ ਆਉਣਾ, ਗੱਲਾਂ ਦੇਖ ਕਿਹੋ ਜਿਹੀਆਂ ਕਰਦਾ। ਉਹ ਫਿਰ ਗੁਰਦੁਆਰੇ ਜਾਣ ਵਾਲਾ ਕੰਮ ਹੀ ਕਰ ਰੱਖਿਆ। ਬਸ ਫਿਰ ਮੇਰੇ 4 ਤਾਂ ਭਾਂਡੇ ਨੇ ਧੋ ਕੇ, ਮੈਂ ਆਟਾ ਗੁੰਨ ਲੈਣੀ ਹੈਗੀ। ਆ ਆਹੋ, ਤੇਰੇ ਤੇ ਨਾ ਬਾਬੇ ਦਾ ਅਸਰ ਵੀ ਨਹੀਂ ਹੋਇਆ ਭੋਰਾ, ਪਤਾ ਨਹੀਂ ਕਹੇ ਜਾ ਹੋਏਗਾ, ਤੂੰ ਕਹੇ ਜਾਣਾ। ਉਹ ਹਜੇ ਕਾਹਨੂੰ ਆਟਾ ਗੁੰਨਣਾ, ਆਟਾ ਗੁੰਨਣ ਨੂੰ ਹਜੇ ਕੀ ਆ, 12 ਤਾਂ ਵੱਜੇ ਪਏ ਆ, 2-2:30 ਵਜੇ ਗੁੰਨੀ ਆਟਾ, 8 ਨਾਲ ਹੀ ਇਕੱਠੀ ਖਾ ਲਈ। ਚੱਲ ਠੀਕ ਆ, ਇਕੱਠੀ ਖਾ ਲੂੰਗੀ, ਜਾ ਭਾਗ ਜਾ, ਪਕਾ ਦਾਂਗੀ ਛੇਤੀ ਕਰ ਨਾਲੇ। ਆ ਨਾਲੇ ਮੈਂ ਬਾਬੇ ਜੀ ਨੂੰ ਆਖਿਆ ਵੀ ਬਾਬਾ ਆ ਸਾਡੇ ਘਰ ਦਾ ਵੀ ਹੱਲ ਕਰ ਦੇ ਮਾੜਾ ਮੋਟਾ, ਮੇਰੇ ਘਰ ਵਾਲੇ ਬਾਰੇ ਵੀ ਦੱਸ ਦੇ, ਸਾਰਾ ਦਿਨ ਭੱਖਿਆ ਪਖਾਇਆ ਆਉਂਦਾ, ਮੈਨੂੰ ਤਾਂ ਆਪ ਲੱਗਦਾ ਵੀ ਇਹਦੇ ਸਿਰ 'ਚ ਵੀ ਕਿਸੇ ਨੇ ਕੁਛ ਪਾਤਾ ਚਾਚੇ ਵਾਂਗੂ। ਲੈ ਕਿਹੜੇ ਵੇਲੇ ਹੋ ਗਏ, ਤੜਕੇ ਦਾ ਗਿਆ ਗਾ ਚਾਹ ਦੀ ਘੁੱਟ ਪੀ ਕੇ, ਮੈਸਾਂ ਛੱਡ ਕੇ ਹਜੇ ਨਹੀਂ ਆਇਆ, ਨਾ ਮੈਸਾਂ ਗਾ ਨਾ ਆਪ ਆਇਆ, ਖਨੀ ਮੈਸਾਂ ਨਹੀਂ ਨਿਕਲੀਆਂ, ਖਨੀ ਆਪ ਗੱਲੀ ਲੱਗ ਗਿਆ ਕਿਸੇ ਕੋਲੇ। ਚਾਹ ਕਦੋਂ ਦੀ ਡਿੱਕੀ ਆਉਂਦੀ ਹੈ, ਮਹਾਂ ਚੱਲ ਮੈਂ ਉਹਦੇ ਨਾਲ ਬਣਾ ਦੂੰਗੀ, ਗਰਮੀ ਦਾ ਟਾਈਮ ਆ, ਮਹਾਂ ਕੇਰਾਂ ਤਾਂ ਉਹ ਭੱਜਣ ਗਈਆਂ, ਹਜੇ ਨਹੀਂ ਆਇਆ। ਲੈ ਉਹ ਚੰਦ ਕੁਰ ਕਿਉਂ ਬੁੜਬੁੜ ਕਰੀ ਜਾਂਦੀ ਹੈ, ਉਹ ਉੱਥੇ ਸੁਣਦੀ ਹੈ ਬੋਲਦੀ। ਆ ਗਏ ਸੀ? ਆ ਗਿਆ। ਤੇ ਮੱਝਾਂ ਨਹੀਂ ਆਂਗਾ? ਉਹ ਮੱਝਾਂ ਆਪ ਕਿੱਥੇ ਹਲਦੀਆਂ ਨੇ, ਮੱਝਾਂ ਮਸਾਂ ਟੋਬੇ ਚ ਬੜੀਆਂ ਨੇ, ਗੱਲ ਸੁਣ ਲੈ ਮੇਰੀ। ਪਤਾ ਨਹੀਂ ਮੈਨੂੰ ਤਾਂ ਕੀ ਹੋ ਗਿਆ ਕੀ ਨਾ, ਮੈਂ ਤਾਂ ਉੱਥੇ ਡੋਲਾ ਖਾ ਕੇ ਡਿੱਗ ਪੈਣਾ ਸੀ, ਦਿਮਾਗ ਮੇਰਾ ਖਰਾਬ ਹੋ ਗਿਆ, ਮੈਨੂੰ ਤਾਂ ਲੱਗਦਾ ਮੇਰਾ ਬਲੱਡ ਪਤਾ ਨਹੀਂ ਵੱਧ ਗਿਆ, ਪਤਾ ਨਹੀਂ ਘੱਟ ਗਿਆ। ਤੇ ਤੂੰ ਐਂ ਕਰ, ਟੋਬੇ ਕੋਲ ਵਗ ਜਾ, ਉੱਥੇ ਮੈਸਾਂ ਬੈਠੀਆਂ ਨੇ, ਜਦੋਂ ਨਿਕਲੀਆਂ ਉਦੋਂ ਬਸ ਕੱਢ ਲਈ। ਤੇਰਾ ਬਲੱਡ ਵੱਧ ਗਿਆ? ਓਹੋ, ਮੈਨੂੰ ਪੁੱਛਣਾ ਬੜਾ ਬਲਾ ਨਾ, ਮੈਥੋਂ ਬੋਲਿਆ ਨਹੀਂ ਜਾਂਦਾ। ਅੱਜ ਕਿਵੇਂ ਤੂੰ ਐਂ ਜੇ ਕਰੀ ਜਾਂਦਾ ਗਾ ਕਿ ਮੈਥੋਂ ਬੋਲਿਆ ਨਹੀਂ ਜਾਂਦਾ, ਤੈਨੂੰ ਤਾਂ ਕੋਈ ਹਟਾਉਣ ਵਾਲਾ ਹੀ ਨਹੀਂ ਗਾ। ਉਹ ਮੈਂ ਤਾਂ ਹੀ ਕਹਿਣਾ, ਪਤਾ ਨਹੀਂ ਕੀ ਹੋ ਗਿਆ ਕੀ ਨਾ, ਪਤਾ ਨਹੀਂ ਤਾਂ ਬਲੱਡ ਵਧਿਆ, ਪਤਾ ਨਹੀਂ ਘਟਿਆ, ਬਸ ਤੂੰ ਬਾਲੀਆਂ ਗੱਲਾਂ ਨਾ ਮਾਰ, ਤੇ ਮੈਂ ਸਾਨੂੰ ਗੌਰ ਨਾ ਕੱਢ ਲਈ ਜਿੰਨਾ ਚਿਰ ਉਹ ਬੈਠਣੀਆਂ ਬੈਠੀਆਂ ਰਹਿਣ ਦੀ। ਹੁਣ ਤੂੰ ਮੈਨੂੰ ਘੰਟਾ ਘੜੀ ਆਰਾਮ ਕਰ ਲੈਣਾ ਤੇ ਤੂੰ ਵਗ ਜਾ ਮੈਸਾਂ ਕੋਲੇ, ਠੀਕ ਹੈ? ਅਕ ਮੈਸਾਂ ਕੋਲੇ ਵਗ ਜਾ, ਹੁਣ ਤਾਂ ਤੂੰ ਆਇਆਗਾ ਤੜਕੇ ਲੱਗਿਆ ਕਿ ਹੁਣ ਤੂੰ ਵਗ ਜਾ, ਉੱਥੇ ਡਲੇ ਡੁਲੇ ਮਾਰ ਕੇ ਕੱਢ ਲੈਂਦਾ। ਹੈ ਫਿਰ ਅਕੇ ਓਕੇ, ਉਹ ਮਰਿਆ ਨਹੀਂ ਕਹਿੰਦੀ ਆਕੜਿਆ, ਉਹ ਮੈਂ ਤਾਂ ਉੱਥੇ ਡੋਲੇ ਖਾ ਖਾ ਡਿੱਗੀ ਜਾਂਦਾ, ਮੈਨੂੰ ਤਾਂ ਹੁਣ ਵੀ ਚੱਕਰ ਆਈ ਜਾਂਦੇ ਨੇ, ਮੈਨੂੰ ਤਾਂ ਐ ਵੀ ਤੂੰ ਮੰਜਾ ਛੱਡੇ ਤਾਂ ਮੈਂ ਪੈ ਜਾ ਪਿੰਦੇ ਇੱਥੇ। ਘਰੋਂ ਤਾਂ ਚੰਗਾ ਭਲਾ ਗਿਆ ਗਾ, ਤੈਨੂੰ ਉੱਥੇ ਜਾ ਕੇ ਕੀ ਹੋ ਗਿਆ? ਆਹੋ, ਹੁਣ ਚੱਕਰ ਆਉਣ ਦਾ ਮਾਰ ਲਿਆ ਕਰ ਮੱਥਾ ਲੋਕਾਂ ਨਾਲ, ਸਾਰਾ ਦਿਨ ਉਹਦੀ ਕਰ ਲਈ ਉਹਦੀ ਕਰ ਲਈ। ਨਹੀਂ ਮੈਂ ਨਹੀਂ ਚੁਗਲੀਆਂ ਕਰਦਾ, ਤੂੰ ਮੈਨੂੰ ਬੁਲਾ ਨਾ, ਚੁਗਲੀਆਂ ਤਾਂ ਤੂੰ ਕਰਦੀਆਂ ਕਰਦੀਆਂ, ਬਾਬਤਾਂ ਤੇ ਨਾ ਜਾਈ ਤੂੰ। ਐਵੇਂ ਲੱਗਦਾ ਤੈਨੂੰ ਮੇਰਾ ਉਹੀ ਬਲੱਡ ਪਤਾ ਨਹੀਂ ਵਧਿਆ ਪਤਾ ਨਹੀਂ ਘਟਿਆ, ਇਹਦਾ ਕਰਕੇ ਚੱਕਰ ਆਈ ਜਾਂਦਾ। ਤੇ ਉੱਥੇ ਕੋਲੇ ਡਾਕਟਰ ਸੀ, ਗੋਲੀਆਂ ਲੈ ਲੈਂਦਾ। ਮੈਂ ਤੇਰੇ ਜਿੰਨਾ ਸਿਆਣਾ ਕਿੱਥੇ, ਮੈਂ ਤਾਂ ਘਰ ਨੂੰ ਭੱਜ ਲਿਆ ਵੀ ਘਰੇ ਮੰਜੇ ਤੇ ਜਾ ਕੇ ਪੈ ਜਾ, ਜਾ ਤੂੰ ਮੱਝਾਂ ਦੇਖ ਕੇ ਧਿਆਨ ਨਾਲ ਕਿਤੇ ਵਗ ਨਾ ਜਾਣ। ਹੋਰ ਇੱਥੇ ਘਰੇ ਡਾਕਟਰ ਸੀਗਾ, ਤੈਨੂੰ ਗੋਲੀਆਂ ਪੁੜੀਆਂ ਦੇ ਦਿੰਦੀ ਮੈਂ। ਹੱਦ ਹੋ ਗਈ ਓਏ, ਲੈ ਨੱਕ ਬੁੱਲ ਕੱਢਦੀ ਐ, ਐ ਨਹੀਂ ਕਹਿੰਦੀ, ਨਾਲੇ ਮੈਨੂੰ ਕਹਿੰਦੀ ਤੂੰ ਚੁਗਲੀਆਂ ਨਾ ਕਰਿਆ ਕਰ, ਦੇਖ ਲੈ। ਆਏ ਹਾਏ ਰੱਬਾ,
ਇਹ ਕੀ ਹੋ ਗਿਆ, ਇਹ ਜਿਹਾ ਚੱਕਰ ਕਿਉਂ ਆ ਗਿਆ? ਹਾਏ ਹਾਏ, ਅੱਜ ਕਾਹਤੋਂ ਚੱਕਰ ਆਇਆ ਇਹ ਬਾਗੀ? ਚੱਲ ਚੰਗਾ ਹੋ ਗਿਆ, ਇਹ ਚੱਕਰ ਪਤਾ ਕਿਉਂ ਆ ਗਿਆ ਯਾਰ? ਉਹ ਜਦੋਂ ਉੱਥੇ ਪਾਣੀ ਨਾ ਹਲਾਰੇ ਮਾਰਦਾ ਸੀ ਟੋਬੇ ਵਾਲਾ, ਅਤੇ ਬਿਜਦੀ ਸੁਖਪਾਲ ਦੀ ਇੱਕ ਵਾਰੀ ਫੋਟੋ ਦੀ ਸੀ ਮੈਨੂੰ, ਬਸ ਉਹਦੀ ਜਦੋਂ ਯਾਦ ਆ ਗਈ ਬਸ ਤਾਂ ਹੀ ਚੱਕਰ ਆ ਗਿਆ, ਸੁਖਪਾਲ ਯਾਦ ਆ ਗਈ। ਓਹੋ ਰੱਬਾ, ਉਹ ਸੁਖਪਾਲ ਨੂੰ ਯਾਦ ਕਰਕੇ ਤਾਂ ਮੈਨੂੰ ਸੁਰਤ ਆਉਣੀ ਸੀ, ਪਰ ਮੇਰਾ ਦਿਲ ਦਿਮਾਗ ਚੱਕਿਆ ਕਿਉਂ ਗਿਆ? ਮੈਨੂੰ ਤਾਂ ਐਂ ਲੱਗਦਾ ਮੇਰਾ ਦਿਮਾਗ ਹੱਲੂਗਾ। ਹਾਏ ਓ ਰੱਬਾ, ਨਾ ਉਹ ਚੰਦਰੀ ਫੋਨ ਚੱਕਦੀ ਹੈ ਅਤੇ ਨਾ ਫੋਨ ਕਰਦੀ ਹੈ। ਹੁਣ ਜੇ ਮੈਂ ਚੰਦ ਕੁਰ ਨਾਲ ਰਾਏ ਕਰਦਾ ਵੀ ਮੇਰਾ ਜਿਉਣ ਜੱਗ ਕਰਦੀ ਹੈ, ਇਹ ਤਾਂ ਨਹੀਂ ਰਾਹ ਦਿੰਦੀ। ਹੁਣ ਐਂ ਕਰ, ਉਹ ਕਰਤਾਰੇ ਨੇ ਨਹੀਂ ਕਰਿਆ ਆਪਦਾ ਜਿਉਣ ਜੱਗ, ਉਹਨੂੰ ਉਹਦੇ ਕੋਲ ਚੱਲਦਿਆਂ ਨਾ ਤਾਂ ਖਰਚਾ ਖੁਰਚਾ ਦੱਸ ਦੂ ਵੀ ਕਿੰਨਾ ਕੁ ਆਇਆ, ਅਤੇ ਨਾਲੇ ਕੋਈ ਦੱਸ ਦੂ ਜਿਵੇਂ ਸਾਰੀ ਵਿਉਂਤੀ ਦੱਸੂ, ਕਰਤਾਰਾ ਆਪਾਂ ਤੋਂ ਬਾਹਰ ਹੈ, ਉਹਦੇ ਕੋਲ ਚੱਲ ਕੇ ਆਉਂਦੇ ਹਾਂ। ਚੱਲ ਦੇਖੀ ਜੀ, ਉਹ ਤਾਂ ਬਾਗੀ ਟੋਬੇ 'ਤੇ ਹੈ ਨਾ, ਚੱਲ ਮੱਝਾਂ ਵਾਲਾ ਕੰਮ ਤਾਂ ਹੋ ਗਿਆ, ਹੁਣ ਚੱਲ ਕਰਤਾਰੇ ਕੋਲ ਆਪਾਂ ਜਿਉਣ ਜੱਗ ਦੀ ਕਰੀਏ ਗੱਲ। ਅੱਜ ਉਹਨੂੰ ਕਾਹਦਾ ਚੱਕਰ ਆ ਗਿਆ? ਉਹਨੂੰ ਤਾਂ ਕਿਤੇ ਇਹੋ ਜਿਹਾ ਚੱਕਰ ਹੀ ਨਹੀਂ ਆਇਆ ਗਾ, ਕਿਤੇ ਗੱਲ ਕੋਈ ਹੋਰ ਹੀ ਤਾਂ ਨਹੀਂ ਉਹਦੇ ਮਨ ਦੇ ਵਿੱਚ ਆ ਗਈ ਜਿਹੜਾ ਆਈ ਭੱਜ ਗਿਆ। ਉਹਨੂੰ ਤਾਂ ਕੁਛ ਦੱਸਿਆ ਵੀ ਨਹੀਂ ਕਿ ਮੈਨੂੰ ਤਾਂ ਚੱਕਰ ਆ ਗਿਆ। ਕੀ ਪਲੈਨ ਬਣਾ ਕੇ ਵਗ ਗਿਆ ਉਹ ਟੋਬੇ ਤੋਂ? ਚੱਲ ਦੇਖਦੀ ਹੈਗੀ ਮੱਝਾਂ ਦਾ ਵੀ ਹੈਗੀਆਂ ਕਿ ਕਿੱਧਰ ਭੱਜ ਭੁੱਜ ਗਈਆਂ, ਗਰਮੀ ਆ ਚੱਕਰ ਵੀ ਆ ਸਕਦਾ ਗਾ। ਬੂ ਮੈਂ ਮਰ ਜਾਂ, ਮਹਿਸਾਂ ਦਾ ਟੋਬੇ 'ਚ ਹੈ ਹੀ ਨਹੀਂ ਗਈਆਂ, ਕਿੱਧਰ ਨਿਕਲ ਗਈਆਂ? ਕਿਤੇ ਪਰਲੀ ਪੱਤਣ ਨਾ ਲੰਘ ਗਈਆਂ ਹੁਣ, ਉਹ ਕੀ ਆ ਬਾਗਲ 'ਚ ਵਗ ਗਈਆਂ ਹੁਣ? ਲੈ ਖਨੀ ਮੈਨੂੰ ਜਾਣ ਕੇ ਪਕਾਈ ਕਰਾਉਣ ਦੇ ਮਾਰੇ ਨੇ ਕਹਿਤਾ, ਇੰਨੀ ਗਰਮੀ ਆ ਮੈਂ ਵੀ ਹੰਭ ਗਈ। ਓ ਹੋ, ਮੈਨੂੰ ਦਮ ਲੈ ਕੇ ਜਾਂਦੀ ਕੀ ਆ ਬਾਗਲ 'ਚ ਨਾ ਵਗ ਗਈਆਂ ਹੁਣ ਮਹਿਸਾਂ। ਬੜੇ ਉਹਨੇ ਅੱਜ ਕੀ ਹੋ ਗਿਆ ਆ ਕਿ ਮੈਨੂੰ ਚੱਕਰ ਆ ਗਿਆ? ਕਿਤੇ ਹੋਰ ਹੀ ਨਹੀਂ ਕੋਈ ਦਾਲ 'ਚ ਕਾਲਾ ਹੋਵੇ? ਲੈ ਮੈਂ ਵੀ ਉਹਦੀਆਂ ਗੱਲਾਂ 'ਚ ਆ ਗਈ, ਮੈਂ ਉਹਦੀਆਂ ਗੱਲਾਂ 'ਚ ਕਿਤੇ ਆਈ ਨਾ ਕਰੀ ਨਾ। ਇਹ ਕੀ ਪਲੈਨ ਬਣਾ ਕੇ ਉਹਨੇ ਮੈਨੂੰ ਘਰੋਂ ਕੱਢਿਆ? ਅਖੇ ਜਾਂ ਮੱਝਾਂ ਦੇਖ ਕੇ ਆ, ਮੈਂ ਵੀ ਕਾਮੜੀ ਵਗੀ ਉਹਦੇ ਮਗਰ ਲਾ ਕੇ ਆ ਗਈ। ਮੈਂ ਵੀ ਪਹਿਲਾਂ ਬਾਗਲ 'ਚ ਮੱਝਾਂ ਨਾ ਦੇਖਾਂ, ਉਹਦੀਆਂ ਗੱਲਾਂ 'ਚ ਮੈਂ ਤਾਂ ਕਦੇ ਆ ਹੀ ਨਹੀਂ ਸੀਗੀ। ਅੱਜ ਮੇਰੇ ਵੀ ਦਿਮਾਗ ਨੂੰ ਖਨੀ ਕੀ ਹੋ ਗਿਆ ਗਰਮੀ ਦਾ ਕਰਕੇ, ਮੈਂ ਵੀ ਉਹਦੇ ਮਗਰ ਲੱਗ ਗਈ। ਕਿਤੇ ਹੋਰ ਹੀ ਨਾ ਕੋਈ ਪਲੈਨ ਬਣਾਈ ਬੈਠਾ ਹੋਵੇ ਉਹ ਮੇਰੇ ਜਾਂਦੀ ਨੂੰ। ਮਨਾ ਜਾਵਾਂ ਮੈਂ ਘਰੇ, ਇੱਥੇ ਬੈਠੇ ਵੀ ਨਹੀਂ ਕੁਛ ਬਣਦਾ ਗਾ। ਕਿਤੇ ਹੋਰ ਉਹ ਕੋਈ ਸਖਪਾ ਨਾ ਲੱਗਿਆ ਹੋਇਆ ਹੋਵੇ ਫੋਨ 'ਤੇ ਗੱਲਾਂ ਮਾਰਨ, ਉਹਦੀਆਂ ਰਾਏ ਲਊਗਾ, ਮੇਰੀ ਰਾਏ ਤਾਂ ਉਹ ਕਿੱਥੇ ਲੈਂਦਾ ਗਾ। ਲੈ ਨਾਲੇ ਮੈਂ ਕਿਹਾ ਵੀ ਸੀ ਫੋਨ ਕਰਕੇ ਵੀ ਮੈਂ 12:01 ਵਾਲੀ ਬੱਸ 'ਤੇ ਆਊਂਗੀ ਵੀ ਲੈਣ ਆ ਜੀ, ਹਜੇ ਤੱਕ ਨਹੀਂ ਆਇਆ ਹੈਗਾ। ਆਪ ਨੂੰ ਹੀ ਜਾਣਾ ਪਊ ਤੁਰ ਕੇ, ਹੈ ਵੀ ਨਹੀਂ ਕੋਈ ਇੱਥੇ ਕੋਈ ਛੱਡਿਆਊਗਾ। ਚੱਲ ਤੁਰ ਕੇ ਚੱਲ ਮਣਾ, ਤੇਰੇ ਤਾਂ ਕਰਮਾਂ ਦੇ ਵਿੱਚ ਨਾ ਆ ਧੁੱਪੇ ਧੱਕੇ ਖਾਣੇ ਲਿਖੇ ਹੋਏ ਨੇ। ਬੂਨੀਆ ਮੀਂਹ ਕਿੰਨਾ ਪੈ ਗਿਆ ਨਪੁੱਤਿਆਂ ਨੇ, ਮੈਂ 2 ਦਿਨ ਕੇ ਗਏ ਗੋਡੇ ਗੋਡੇ, ਲੈ ਗਾਰਾ ਹੋਇਆ ਪਿਆ ਇੱਥੇ ਤਾਂ, ਘਰੇ ਪਤਾ ਨਹੀਂ ਕੀ ਹਾਲ ਬਣਿਆ ਹੋਊਗਾ ਇਹ ਕਿਹੜਾ ਚੱਕਦਾ ਬਾਹਰੋਂ ਭਾਂਡਾ ਟਿੰਡਾ, ਮੈਨੂੰ ਲੱਗਦਾ ਸਾਰਾ ਕੁਛ ਭਿਉਂਤਾ ਹੋਊਗਾ। ਸਹੀ ਗੱਲ ਹੈ, ਤੀਵੀਂ ਬਿਨਾਂ ਨਾ ਘਰ ਨਰਕ ਬਣ ਜਾਂਦਾ, ਜਮੇ ਹੀ ਨਰਕ, ਅਤੇ ਜਾ ਕੇ ਸਾਰਾ ਕੁਛ ਕਰਨਾ ਪਊ। ਜਿਹੜੀਆਂ ਗਾਲਾਂ ਖਾਊਂਗੀ ਤੂੰ ਅੱਡ ਕਹੂਗਾ, 1 ਦਿਨ ਦਾ ਕਹਿ ਕੇ ਗਈ ਤੀ, 4 ਦਿਨ ਲਾਇਆ ਹੀ, ਮੇਰੀ ਵੀ ਨਾ ਖਾਨੇ ਚੱਕਲੀ ਹੈ ਨੀਗੀ ਜਮੇ ਹੀ, ਵੀ ਜੇ 1 ਦਿਨ ਕਿਹਾ ਤਾਂ ਮੈਂ 1 ਦਿਨ ਲਾ ਲਾਂ। ਮੈਂ ਵੀ ਚੂਤ ਨਾ ਆਪਦੀ ਆਪ ਖਾਨੀ ਹੈ, ਤੋ ਗਲਤੀ ਇਹਦੀ ਵੀ ਨਹੀਂ ਹੈਗੀ। ਹੋ ਇੰਨੀ ਗਰਮੀ, ਲੈ ਮੇਰਾ ਵੀ ਦਿਮਾਗ ਹੈ ਨੀ, ਆ ਸਿਰ ਤੇ ਚੁੰਨੀ ਲੈਣੀ ਭੁੱਲ ਗਈ, ਜੇ ਕਿਸੇ ਨੇ ਦੱਸਤਾ ਸਿਆਣ ਕੀ ਨਹੀਂ ਹੁੰਦੀ ਜੂਤ ਪਵਾ ਦੇਣਗੇ। ਸਕਦੀ ਤਾਂ ਉਹੀ ਹੈਗੀ ਗੁਲਾਬੀ ਗੁਲਾਬੀ ਬਣੀ ਆਉਂਦੀ ਹੈਗੀ। ਹੁਣ ਮਨਪ੍ਰੀਤ ਆ ਗਈ? ਹਾਂ ਅੰਬੋ, ਹੁਣ ਤੂੰ ਆ ਜਾਂਦੀ ਹੈਗੀ, ਭੱਜੀ ਤੂੰ ਬੁਲਾਉਣਾ ਨਹੀਂ?
ਪੈਰੀ ਪੈਨੀ ਅੰਬੋ ਜਾਂਦੀ ਰਹਿ ਵਸਦੀ ਰਹਿ ਮਾਂ ਗਰਮੀ ਇੰਨੀ ਹੋਈ ਪਈ ਐ ਮੈਂ ਤਾਂ ਤੂੰ ਦੇਖੀ ਹੋਣੀ ਗਰਮੀ ਚ ਨਹੀਂ ਮੈਨੂੰ ਵੀ ਨਹੀਂ ਦੱਸਿਆ ਮੈਨੂੰ ਵੀ ਨਿਸ਼ਾਨ ਆਏਗੀ ਤੇਰੀ ਅੱਖਾਂ ਚ ਬਹਿ ਜਾ ਪੈ ਕੇ ਨਾ ਨਹੀਂ ਬਹਿ ਜਾ ਇੱਥੇ ਮੈਂ ਤਾਂ ਨਹੀਂ ਦਾ ਅਹੀਂ ਬਹਿ ਜਾਣੀ ਅੰਬੋ ਓਹੋ ਬੜੀ ਗਰਮੀ ਆ ਦਮ ਲੈ ਲੈ ਨਹੀਂ ਮੈਂ ਤਾਂ ਨਾ ਪੁੱਤ ਮੈਸਾਂ ਦੇਖਣ ਆਈ ਸੀ ਤੇਰਾ ਬਾਬਾ ਨਾ ਮੈਸਾਂ ਛੱਡ ਗਿਆ ਟੋਬੇ ਦੇ ਵਿੱਚ ਦੀਦੀਆਂ ਤਾਂ ਹੈ ਨਹੀਂ ਕਿਤੇ ਉਹ ਤਾਂ ਲਿਕਲ ਲੁਕਲ ਕੇ ਬਾਗਾਂ ਬਾਗ ਚ ਬਾਗਾਂ ਹੋਣ ਗਾਂਗਾ ਤੇ ਮੈਂ ਹੁਣ ਤਾਂ ਘਰ ਨੂੰ ਚੱਲੀ ਸੀ ਮੈਂ ਆਖਿਆ ਮੈਸਾਂ ਤਾਂ ਹੈ ਨਹੀਂ ਗਾਂਗਾ ਤੇ ਉਹ ਤੂੰ ਦਿਸ ਗਈ ਮੈਨੂੰ ਮਹਾਂ ਮਨਪ੍ਰੀਤ ਆਉਂਦੀ ਆ ਮੈਨੂੰ ਲੱਗਦਾ ਸ਼ੁਕਰ ਹੈ ਤੈਨੂੰ ਮੈਂ ਦਿਸਤਾ ਗਈ ਤੇ ਹੋਰ ਘਰੇ ਕਿਵੇਂ ਦੱਸ ਠੀਕ ਠਾਕ ਆ ਘਰੇ ਤਾਂ ਸਾਰੇ ਠੀਕ ਨੇ ਘਰੇ ਕੀ ਹੋਇਆ ਲੈ ਨਾ ਮੈਂ ਕਿਹਾ ਤੂੰ ਗੁੱਸੇ ਜੇ ਨਾ ਗਈ ਸੀ ਹੁਣ ਤੂੰ ਕਿਵੇਂ ਆ ਗਈ ਤੂੰ ਤਾਂ ਪੈਨੀ ਆ ਉਖੜੀ ਕਹਾੜੀ ਵਾਂਗੂ ਗੁੱਸੇ ਨਾ ਗਈ ਸੀ ਤੇ ਹੋਰ ਮੈਂ ਕਿਹਦੇ ਨਾਲ ਗੁੱਸੇ ਹੋਣਾ ਤੂੰ ਤਾਂ ਨੰਬਰ ਤੇ ਨਹੀਂ ਸੀ ਮਾਰਿਆ ਲੈ ਤੁਸੀਂ ਨਾ ਬਾਹੀ ਸੁੱਖਾਂ ਸੁੱਖਿਆ ਕਰੋ ਵੀ ਅੰਬਰ ਦੇ ਮੈਨੂੰ ਕੁੱਟੇ ਤੇ ਮੈਂ ਪੇਕਿਆਂ ਨੂੰ ਜਾਵਾਂ ਨਹੀਂ ਸਾਨੂੰ ਤਾਂ ਉਹ ਆਪ ਹੀ ਆਂਦਾ ਸੀ ਕਿ ਅੰਬੋ ਮੈਂ ਦੋ ਕੋ ਦੇ ਲੱਪੜ ਜੇ ਮਾਰੇ ਉਹ ਫੇਰ ਭੱਜ ਗਈ ਸਾਨੂੰ ਕੀ ਪਤਾ ਹੈਗਾ ਉਹ ਤੇਰੇ ਬੇਬੇ ਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ ਸੀਗਾ ਤੇ ਅਸੀਂ ਉਹਦਾ ਪਤਾ ਲੈਣ ਗਈਆਂ ਸੀ ਘਰੇ ਸਾਨੂੰ ਕੀ ਪਤਾ ਹੋਣਾ ਸੀ ਅੱਛਾ ਅਮਰ ਦੇ ਨੇ ਤੁਹਾਨੂੰ ਆ ਕੇ ਵੀ ਉਹਨੇ ਮੈਨੂੰ ਕੁੱਟੇ ਦੇ ਨਾ ਭੱਗ ਗਈ ਤੇ ਹੋਰ ਅੱਛਾ ਹੋਰ ਕੀ ਪਰਾਂ ਨੂੰ ਮੂਝੇ ਕਰਦੀ ਹੈ ਕੀ ਗੱਲ ਹੈਗੀ ਹੋਰ ਕੀ ਕਹਿੰਦਾ ਸੀ ਹੋਰ ਤਾਂ ਕੁਛ ਨਹੀਂ ਆਖਿਆ ਆਈ ਆਂਦਾ ਸੀ ਕਹਿੰਦਾ ਕਿ ਆਹ ਤੁਹਾਡੇ ਭੋਗ ਭੂਗ ਨੇ ਸਿਆਪੇ ਪਾਤੇ ਕਹਿੰਦਾ ਤੇ ਉਹਦੇ ਮੈਂ ਮਾਰਿਆ ਕਹਿੰਦਾ ਉਹ ਸੱਚ ਨਹੀਂ ਬੋਲੀ ਤੇ ਉਹ ਫੇਰ ਭੱਗ ਗਈ ਕਹਿੰਦਾ ਸਾਨੂੰ ਤਾਂ ਬਲਾਈ ਕਲਪਨਾ ਹੋਈ ਤੇਰੀ ਕਿਤੇ ਆ ਜਾਂਦੀ ਆ ਕਿਤੇ ਭੱਗ ਜਾਂਦੀ ਆ ਤੇਰੀ ਸਮਝ ਨਹੀਂ ਆਉਂਦੀ ਮੈਨੂੰ ਤਾਂ ਤੁਹਾਡੇ ਵੀ ਨਾ ਖਾਨੇ 'ਚ ਹੈ ਨਹੀਂ ਆ ਕਲੂ ਕਲਾ ਉਹਦਾ ਤੁਹਾਡੇ ਤੋਂ ਸੱਚ ਕਢਾਉਂਦੇ ਮਾਰਨੇ ਮੈਨੂੰ ਲੱਗਦਾ ਪਲਾਨ ਬਣਾ ਲਿਆ ਕੋਈ ਮੈਂ ਤਾਂ 4 ਦਿਨ ਆਪਦੀ ਮੰਮੀ ਕੋਲੇ ਗਈ ਹੋਈ ਸੀ ਮਿਲਣ ਅੱਛਾ ਹੋਰ ਉਹ ਮੇਰੀ ਭੂਆ ਦੀ ਕੁੜੀ ਆਈ ਸੀ ਬਾਹਰੋਂ ਉਹ ਮਿਲਣ ਆਈ ਸੀ ਉਹ ਕਹਿੰਦੀ ਚਲ 2 ਦਿਨ ਮੇਰੇ ਕੋਲੇ ਲਾ ਜਾ ਮੈਂ ਤਾਂ ਕਹਿ ਕੇ ਤੰਬੂ 1 ਦਿਨ ਦਾ ਗਈ ਸੀ ਮੈਂ ਤਾਂ 4 ਦਿਨ ਲਾਇਆ ਹੀ ਹੁਣ ਮੈਨੂੰ ਕੀ ਪਤਾ ਮਗਰੋਂ ਕੀ ਖੇਡ ਖੇਡਣੇ ਖੇਡੀ ਜਾਂਦੇ ਨੇ ਇੱਥੇ ਮੈਨੂੰ ਕੀ ਪਤਾ ਲੱਗੂਗਾ ਉਹ ਮੈਂ ਮੱਜ ਸਾਨੂੰ ਐਡਾ ਉਹਨੇ ਝੂਠ ਬੋਲਿਆ ਤੁਸੀਂ ਹਾਈ ਐਸੇ ਦੇ ਲਾਇਕ ਨਾਲੇ ਤੁਸੀਂ ਤਾਂ ਕਿਹੜਾ ਸੋਚ ਕੇ ਗੱਲ ਕਰਨੀ ਹੁੰਦੀ ਹੈ ਤੁਸੀਂ ਠਾ ਸੁੱਟਾ ਮਾਰ ਹੀ ਦੇਣਾ ਹੁੰਦਾ ਤੁਸੀਂ ਤਾਂ ਦੋਨੇ ਲੁੱਚੇ ਵਿਗੜੇ ਆਂਗੇ ਸੋਰ ਤਾਂ ਦੋਨਾਂ ਦਾ ਨਹੀਂ ਪਤਾ ਹੈਗਾ ਨਾ ਤਾਂ ਉਹ ਮੁੰਡੇ ਦਾ ਪਤਾ ਲੱਗਦਾ ਨਾ ਤੇਰਾ ਪਤਾ ਲੱਗਦਾ ਹੈਗਾ ਦੋਨੇ ਇੱਕੋ ਜਿਹੇ ਹੋਏ ਫਿਰਦੇ ਆਂਗੇ ਉਧਰ ਉਹ ਲਾਵਾ ਵਜਾਵਾਂਗਾ ਉਧਰ ਤੂੰ ਲਾਵਾ ਵਜਾਵਾਂਗਾ ਹਾਂ ਹਾਂ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਮਾੜੇ ਹੋ ਗਏ ਬਾਗੀ ਕਿਦੇ ਆ ਗਈ ਕਿਦੇ ਬਾਗੀ ਸਾਰਾ ਦਿਨ ਹੀ ਤਾਲਾ ਤਾਣਦੀ ਤੁਰੀ ਫਿਰਦੀ ਆ ਲੈ ਅੰਬੋ ਅੱਛਾ ਮੈਂ ਹੁਣ ਉਹਦੇ ਪੇਕੇ ਨਹੀਂ ਜਾਣਾ ਨਾ ਤੁਸੀਂ ਕਿਹੜਾ ਫਿਰਦਿਆਂ ਨਹੀਂ ਆ ਤਿੱਖੜ ਦੇ ਬੈਠੇ ਤੈਨੂੰ ਕੀ ਲੋੜ ਦੀ ਮੈਂ ਸਾਲ ਵਿਆਉਣ ਦੀ ਆ ਬਾਬਾ ਹੈਗਾ ਤਾਂ ਹੈਗਾ ਸੀ ਮੈਂ ਆਪਦੇ ਘਰ ਦੇ ਕੰਮ ਧੰਦੇ ਕਰਦੀ ਹੈਗੀ ਮੈਂ ਕਿਹੜਾ ਤੇਰੇ ਵਾਂਗੂ ਸਾਰਾ ਦਿਨ ਤੁਰੀ ਫਿਰਦੀ ਹੈਗੀ ਅਰੇ ਜਮੇ ਕਮਾਲ ਆ ਕੁੜੇ ਨਾ ਮੈਂ ਬਿਨਾ ਕੰਮ ਤੋਂ ਕਿੱਥੇ ਭੱਗ ਗਈ ਤੁਹਾਡੀਆਂ ਆਹੀ ਗੱਲਾਂ ਮੈਨੂੰ ਜਮਿਆਂ ਚੰਗੀਆਂ ਨਹੀਂ ਲੱਗਦੀਆਂ ਆ 4 ਦਿਨਾਂ ਬਾਅਦ ਆਈਆਂ ਨਾ ਕਿੱਥੇ ਦੇਖ ਲੈਂਦਾ ਮੈਨੂੰ ਰੋਜ਼ ਤਾਣੇ ਤਣਦੀ ਨੂੰ ਮੈਂ ਤਾਂ ਤੇ ਪੇਕੇ ਗਈ ਹੋਈ ਸੀ ਜੀ ਪੇਕੇ ਵੀ ਰਾਰਾ ਸਰਦੇ ਹੁੰਦੇ ਆ ਰੋਜ਼ ਥੋੜਾ ਹੈਗਾ ਗਰਮੀ ਦਾ ਮਹੀਨਾ ਗਾ ਉਹ ਆਪ ਹੱਥ ਮਚਾਉਂਦਾ ਤੁਰਿਆ ਫਿਰਦਾ ਗਾ ਤੇਰੀ ਮਾਂ ਦਾ ਆਪਰੇਸ਼ਨ ਹੋਇਆ ਗਾ ਉਹ ਉਹੀ ਗੱਲ ਵਿਚਾਰੀ ਉੱਥੇ ਕੁੜੀ ਕੋਲੇ ਫੇਰ ਭੱਗ ਗਈ ਉਹਦਾ ਵੀ ਕਰ ਤੂੰ ਤੀ ਗਈ ਆ ਉਹ ਤਾਂ ਕਿੱਦੇ ਦੀ ਗਈ ਉਹ ਕਿਹੜਾ ਆਈ ਐ ਦੁਬਾਰੇ ਮੁੜ ਕੇ ਜਿੱਦੇ ਰਹੀ ਮੈਂ ਆਈ ਉਹਦੇ ਦੀ ਉਹ ਬੜੀਓ ਨਹੀਂ ਕਰੇ ਉਹ ਤਾਂ ਵੜਦੀਓ ਨਹੀਂ ਉਹ ਬੜੀ ਕਦੋਂ ਆ ਅੱਜ ਤਾਂ ਤੂੰ ਨਹੀਂ ਵੜਦੀ ਫਿਰ ਉਹ ਵੀ ਕੀ ਕਰੇ ਉਹਨੂੰ ਵੀ ਕੌਣ ਦੇਵੇ ਰੋਟੀ ਚੱਲ ਨਹੀਂ ਅੰਬੋ ਤੈ ਤਾਂ ਨਗੋਚੇ ਕੱਢਣੀਆਂ ਹੁੰਦੀਆਂ ਨੇ ਨਗੋਚਾ ਕੀ ਕੱਢਣਗਾ ਹੁੰਦੀਆਂ ਤੂੰ ਤਾਂ ਬਾਰੇ ਸਾਰੀ ਨਹੀਂ ਆਉਣ ਦਿੰਦੀ ਗੱਲ ਦੀ ਭਾਈ ਬਸ ਇੱਕ ਤਾਂ ਉਹ ਗਰਮੀ ਨਾਲ ਦਿਮਾਗ ਖਰਾਬ ਦੀ ਉਹ ਤੇਰਾ ਪੁੱਤ ਮੈਨੂੰ ਲੈਣ ਨਹੀਂ ਆਇਆ ਕਹਿ ਕੇ ਇੱਕ ਤੂੰ ਦਿਮਾਗ ਖਰਾਬ ਕਰਤਾ ਚੱਲ ਮੈਂ ਤਾਂ ਜਾਣੀ ਆ ਆ ਤਿੱਖੜ ਦੇ ਬਾਰੇ ਹੋ ਜਾਣਾ ਬੂ ਮੈਂ ਤਾਂ ਆਦੀ ਵੀ ਸਾਥ ਹੋ ਗਿਆ ਤੂੰ ਤਾਂ ਉਹ ਲੜਾਂ ਨੂੰ ਤਿਆਰ ਬੈਠੀ ਆ ਸਦਿਆ ਦੀ ਪਤਾ ਨਹੀਂ ਕਿਹੜੇ ਕੰਮੀ ਲੱਗ ਗਿਆ ਹੋਊ ਉਹਦਾ ਤਾਂ ਆਵੇਂ ਨਹੀਂ ਪਤਾ ਲੈਣੇ ਚੋਰ ਕਹਿ ਕੇ ਕੁਸ ਲੰਗ ਕਿੱਧਰ ਨੂੰ ਜਾਵੇ ਚੰਗਾ ਜਾ ਫੇਰ ਟਾਵ ਨਾ ਕਰੇ ਜਾਨੀ ਆ ਹੁਣ ਤੂੰ ਜਾਏਂਗੀ ਤਾਂ ਉਧਰ ਨੂੰ ਹੀ ਨਾ ਦੁਰਪਾ ਮੈਂ ਤਾਂ ਪਸ਼ੂ ਵੇਖ ਕੇ ਨਹੀਂ ਕੀ ਮਖਾਈ ਤੇ ਉਹਨਾਂ ਵੜ ਗਏ ਹੁਣ ਬਾਲਾਂ ਜੀਆਂ ਚ ਨਹੀਂ ਕਿਧਰੇ ਨਹੀਂ ਵੜਦੇ ਉਹ ਬਾਬਾ ਜੀ ਆ ਨਾਲੇ ਉਹ ਤਾਂ ਕਿਸੇ ਲਵਾ ਦਵਾਨੀ ਨਹੀਂ ਛੱਡਦਾ ਉਹ ਲੱਖਾਂ ਨੇ ਮੈਂ ਸਾਈਂ ਤੇ ਟੋਬੇ ਚ ਛੱਡ ਕੇ ਜਾਊਗਾ ਉਹਨੇ ਵੜਦੀਆਂ ਹੋਣੀਆਂ ਬਾਗਲ ਚ ਉਹ ਤੈਨੂੰ ਲਾਵਾ ਲੂਤੇ ਲਾ ਕੇ ਬਾਹਰ ਕੱਢਤਾ ਉਹਨੇ ਨਹੀਂ ਮੈਂ ਤਾਂ ਆਪ ਆਈ ਆਖੀ ਅੰਨੇ ਮਹੱਲੇ ਮੈਨੂੰ ਖਣੀ ਭਾਈ ਗੱਪ ਮਾਰ ਗਿਆ ਕਿ ਕਿਵੇਂ ਆਗਾ ਹੁਣ ਜਾ ਕੇ ਉੱਥੇ ਬਾਗਲ ਚ ਦੇਖਨੀ ਆ ਮੱਝਾਂ
ਜਾ ਘਰੇ ਟਾਈਮ ਨਾ ਵਗ ਜਾ। ਨਹੀਂ ਹੁਣ ਬੋ, ਮੈਨੂੰ ਤਾਂ ਐਂ ਲੱਗਦਾ ਨੀ ਬਾਬਾ ਕਿਤੇ ਕੋਈ ਕਾਂਡ ਤਾਂ ਨੀ ਕਰਦਾ ਤੈਨੂੰ ਬਾਹਰ ਭੇਜ ਕੇ। ਤਾਂ ਤੂੰ ਹੁਣ ਬੈਵਤਾ ਕਰਨ ਲੱਗ ਗਈ, ਘਰੇ ਤਾਂ ਵਗ ਜਾ। ਨੀ ਬੈਵਤਾ ਨੀ ਕਰਦੀ, ਮੈਂ ਤਾਂ ਤੇਰਾ ਭਲਾ ਸੋਚਦੀ ਆ। ਉਹ ਕਹਿੰਦੇ ਹੁੰਦੇ ਨੇ ਨਾ ਗਰੇ ਦੀ ਅੱਖ ਚ ਨੂਣ ਪਾਤਾ, ਉਹ ਕਹਿੰਦਾ ਮੇਰੇ ਤਾਂ ਅੱਖੀ ਭੰਨਤੀ, ਉਹ ਕੰਮ ਤੇਰਾ, ਜਾ ਫਿਰ ਮੈਨੂੰ ਕੀ ਆ। ਤੂੰ ਤਾਂ ਨੀ ਲਿਆਈ ਕੋਈ ਖਬਰ ਜਿਹੜੀ ਹਾਜ਼ਰ ਕਰਦੀ ਆ। ਉਹ ਮੈਂ ਕੋਈ ਖਬਰਾਂ ਨਹੀਂ ਲਿਆਈ ਬਾਬਾ ਗੁਰੂ, ਜਾ ਦੇਖਿਆ ਮੈਂ ਸਾ। ਮੈਂ ਤਾਂ ਲੱਗਦਾ ਕੋਈ ਦਾਲ ਚਕਾਲਾ ਜਿਹੜੀ ਐਂ ਜੇ ਕਹਿੰਦੀ ਤੇ ਬਾਬਾ ਕੋਈ ਹੋਰ ਤਾਂ ਨੀ ਕਾਂਡ ਕਰਦਾ। ਨੀ ਅੰਬੋ ਕੁਛ ਨੀ ਹੈਗਾ, ਨੀ ਤੂੰ ਵਗ ਜਾ। ਜਾਨੀ ਆ ਮੈਂ ਤਾਂ ਕੀ ਲਾਵਾ ਵਜਾਵਾਂਗਾ ਤੇ ਗਿੱਜੀ ਹੈਗੀ ਇਹ। ਇੱਕ ਤਾਂ ਨਾ ਇਹ ਜਮਾ ਚਿੱਟੜ ਵਰਗੀਆਂ ਨੇ, ਚਿੰਬੜੀ ਰਹਿੰਦੀਆਂ ਨੇ, ਜਦੋਂ ਦੇਖ ਲਾ ਵੀ ਆ ਗਈ ਉਹਦੀ ਚੁੰਬਕ ਵਾਂਗੂ ਮੇਰੇ ਨਾਲ ਅਟੈਚ ਹੋ ਜਾਂਦੀਆਂ ਨੇ, ਇੱਕ ਮਿੰਟ ਨੀ ਪਾਸੇ ਛੱਡਦੀਆਂ। ਹੁਣ ਤੈਨੂੰ ਕੀ ਦੱਸਾਂ ਵੀ ਬਾਬਾ ਦਾ ਰੋਜ਼ ਸਖਪਾਲ ਮਾਸੀ ਨਾਲ ਗੱਲਾਂ ਮਾਰਦਾ ਫੋਨ ਲਾ ਲਾ ਕੇ, ਜੇ ਮੈਂ ਦੱਸਦੀ ਆ ਤਾਂ ਮੈਨੂੰ ਹੀ ਮਾੜਾ ਕਹੂਗੀ, ਕਿਉਂਕਿ ਤੁਸੀਂ ਐ ਵਿਚੋਲਣ, ਫਿਰ ਮੁੜ ਕੇ ਐਂ ਕਹਿ ਦਿੰਦੀਆਂ ਨੇ ਮੈਨੂੰ, ਮੈਂ ਵੀ ਨਾ ਹੁਣ ਸਵਾਦ ਲਊਂਗੀ ਜਿਵੇਂ ਇਹ ਮੇਰੇ ਘਰ ਦੇ ਲੈਂਦੀਆਂ ਨੇ, ਇਹਨਾਂ ਨੇ ਪੱਟਿਆ ਸੀ ਨਾ ਮੇਰਾ ਘਰ, ਹੁਣ ਆਊਗਾ ਸਵਾਦ ਜਦੋਂ ਬਾਬੇ ਨੇ ਸਖਪਾਲ ਨਾਲ ਬਣਾਈ ਨਾ ਜਿਉਣ ਜੱਗ ਹੈ ਤੇ ਕਰਵਾਈ, ਉਹ ਕੀ ਕਹਿੰਦੇ ਹੁੰਦੇ ਨੀ, ਨੀ ਮੈਂ ਤਾਂ ਭੁੱਲ ਜਾਂਦੀ ਹਾਂ ਨੀ, ਆ ਜਿਹੜੀ ਪ੍ਰੀ ਵੈਡਿੰਗ ਭੋਗਾਂ ਵਾਲੀ, ਉਦੋਂ ਆਊ ਸਵਾਦ ਜਦੋਂ ਅੰਬੋ ਹੱਸੇ ਬੈਠੀ ਹੋਏ ਜਿਹਾ ਕਰਕੇ। ਮੈਂ ਤਾਂ ਗੁਲਾਬ ਜਾਮਣਾ ਖਾਣੀਆਂ ਨੇ, ਉਹ ਕਹਿੰਦੇ ਹੁੰਦੇ ਨਾ ਅੰਬ ਖਾਓ ਪੇੜ ਕਿਹਨੇ ਗਿਣੇ ਨੇ, ਜਾ ਜਾ। ਓਹੋ ਲੈ ਦੇਖ ਲਾ ਜਵਾਨੀ ਗੌਰ ਹੈਗੀ, ਬੈੜੀਆਂ ਬਾਹਰ ਖੜੀਆਂ ਹੋ ਕੇ ਜਾਂਦੀਆਂ, ਗੇਟ ਲਾ ਕੇ ਪਤਾ ਨਹੀਂ ਕਿੱਧਰ ਗਿਆ ਗਾ, ਲੈਣ ਵੀ ਨਹੀਂ ਆਇਆ ਮੈਨੂੰ, ਇਹੋ ਜਿਹਾ ਕਿਹੜਾ ਕੰਮ ਪੈ ਗਿਆ। ਦੇਖਾ ਤਾਂ ਸਹੀ, ਲੈ ਬਾਹਰ ਵੀ ਖੁੱਲੇ ਪਏ ਨੇ, ਕੰਮ ਨਿਬੜ ਗਿਆ। ਲੋ ਇੱਥੇ ਲੰਮੀਆਂ ਤਾਣੀ ਪਏ ਹੋ ਤੁਸੀਂ। ਓਏ ਹੋਰ ਕੀ ਕਰਾਂ ਮੈਂ, ਨਾ ਬਾਹਰ ਬੈੜੀਆਂ ਬਾਹਰ ਖੜੀਆਂ, ਉਗਰੋਂ ਗੇਟ ਲਾ ਰੱਖਿਆ ਗਾ ਤੇ ਬੰਨ ਕੇ ਆਇਆ ਮੈਂ ਉਹਨਾਂ ਨੂੰ, ਫੇਰ ਹੀ ਖੜੀਆਂ ਉਹ ਉੱਥੇ। ਦੱਸ ਅੰਦਰ ਬੰਨ ਲੈਂਦੇ ਪੱਖਾ ਜਾਂ ਕੂਲਰ ਛੱਡ ਦਿੰਦੇ, ਉਹ ਅੰਦਰ ਗਰਮੀ ਆ, ਦਰਖਤਾਂ ਥੱਲੇ ਉੱਥੇ ਛਾਂ ਵਧੀਆ ਸੀਗੀ ਉੱਥੇ ਬੰਨਤੀਆਂ, ਹੌਂਕੀ ਜਾਂਦੀਆਂ ਨੇ ਉਹ। ਓਏ ਅੰਦਰ ਵੀ ਹੌਂਕਦੀਆਂ ਫਿਰ ਗਰਮੀ ਆ, ਜਦੋਂ ਹੌਂਕਣਗੇ ਹੋਰ ਕਰਨਗੀਆਂ ਉਹ। ਚਲੋ ਉਹਨਾਂ ਨੂੰ ਛੱਡੋ, ਮੈਂ ਤੁਹਾਨੂੰ ਕਿਹਾ ਸੀ ਵੀ ਮੈਂ 11-12 ਵਜੇ ਆ ਜਾਊਂਗੀ, ਮੈਨੂੰ ਆ ਕੇ ਲੈ ਜਿਓ। ਉਹ ਕਿਹਾ ਤਾਂ ਸੀ, ਫੋਨ ਮੇਰਾ ਬੰਦ ਹੋ ਗਿਆ, ਮੋਟਰਸਾਈਕਲ ਆ ਗਵਾਂਢੀਆਂ ਦਾ ਮੁੰਡਾ ਮੰਗ ਕੇ ਲੈ ਗਿਆ, ਉਹ ਕਹਿੰਦੇ ਸੀ ਉਦੋਂ ਨੂੰ ਆ ਜਾਊਗਾ, ਹਜੇ ਤੱਕ ਆਇਆ ਨਹੀਂ ਉਹ। ਐਂ ਨਹੀਂ ਰੱਖਿਆ ਕਰੋ, ਕਵਾੜ ਬਣਾ ਰੱਖਿਆ, ਜਦੋਂ ਆਪ ਨੂੰ ਲੋੜ ਹੁੰਦੀ ਉਦੋਂ ਮੋਟਰਸਾਈਕਲ ਘਰੇ ਨਹੀਂ ਹੁੰਦਾ। ਉਹ ਜਦੋਂ ਆ ਗਿਆ ਫਿਰ ਦੇਣਾ ਪੈਂਦਾ ਅਗਲੇ ਨੂੰ ਚੀਜ਼, ਤੁਰ ਕੇ ਆਈ ਆ ਉੱਥੋਂ। ਫਿਰ ਕਿੱਡੀ ਗੱਲ ਹੋ ਗਈ, ਤੁਰ ਕੇ ਆ ਗਈ, ਆਹ ਅੱਡਾ ਖੜਾ ਕਿਹੜਾ ਜ਼ਿਆਦੇ ਵਾਟ ਆ ਕੋਈ। ਹਾਂ ਹਾਂ ਦੇ ਦਿਆ ਕਰੋ, ਲੋਕਾਂ ਦੀ ਵੱਧ ਫਿਕਰ ਆ, ਮੇਰੀ ਤਾਂ ਤੁਹਾਨੂੰ ਫਿਕਰ ਨਹੀਂ, ਪਤਾ ਉੱਥੇ ਤਾਂ ਬੱਸ ਤੋਂ ਉਤਰੀ ਲੋਕ ਕਿਵੇਂ ਝੱਕਦੇ ਸੀ, ਨਾਲ ਤੁਹਾਨੂੰ ਪਤਾ ਦੁਪਹਿਰ ਦੇ ਟਾਈਮ ਉੱਥੇ ਸੱਥ ਦੇ ਵਿੱਚ ਆ ਮਸਟੰਡੀ ਬੈਠੇ ਹੁੰਦੇ ਨੇ, ਕੋਈ ਸਿਆਣਾ ਬੰਦਾ ਨਹੀਂ ਉਹਨਾਂ ਉੱਥੇ ਚੱਜਦਾ। ਚੱਲ ਉਹ ਤਾਂ ਛੱਡ, ਨਾ ਤੂੰ ਕਿਹੜਾ ਆਪਦੀ ਗੱਲ ਤੇ ਪੂਰ ਉਤਰੀ ਆ, ਤੈਨੂੰ ਇੱਕ ਦਿਨ ਕਿਹਾ ਸੀ, 4 ਦਿਨ ਹੋ ਗਏ ਅੱਜ। ਲੈ ਪੂਰ ਉਤਰ ਨੂੰ ਤਾਂ ਐਂ ਕਹਿੰਦੇ ਹੋ ਜਿਵੇਂ ਕਿਤੇ ਹੋਰ ਗਈ ਹੁੰਦੀ ਆ, ਗਈ ਤਾਂ ਉਹਦੇ ਪੇਕੇ ਸੀ ਨਾ, ਜਲਦੇ 2 ਦਿਨ ਵੱਧ ਲੱਗ ਗਏ, ਚ ਕਿੱਡੀ ਕੁ ਵੱਡੀ ਗੱਲ ਹੋ ਗਈ। ਉਹ ਗੱਲ ਕਿਉਂ ਨਹੀਂ ਹੋਈ, ਉਹ ਤੈਨੂੰ ਪਤੀ ਹੁਣ ਘਰੇ ਵੀ ਨਹੀਂ ਸਰਦਾ, ਰੋਟੀ ਟੁੱਕਦਾ ਔਖਾ ਹੋ ਜਾਂਦਾ ਗਾ। ਨਾਲੇ ਹਾਂ ਸੱਚ ਵੀ ਨਹੀਂ ਯਾਦ ਆਇਆ, ਮੈਨੂੰ ਨਾ ਰਾਸਤੇ ਚੰਬੋ ਮਿਲੀ ਦੀ ਚੰਦਕੁਰ। ਅੱਛਾ ਨਾ ਤੁਸੀਂ ਕੀ ਕਿਹਾ ਉਹਨਾਂ ਨੂੰ? ਮੈਂ ਕੀ ਕਹਿਣਾ ਸੀ ਉਹਨਾਂ ਨੂੰ? ਨਾ ਤੁਸੀਂ ਕਹਿੰਦੇ ਵੀ ਮੈਂ ਲੜ ਕੇ ਗਿਆ, ਮੈਂ ਕੁੱਟ ਕੇ ਕੱਢਤੀ, ਤੁਸੀਂ ਹਰ ਵਾਰ ਮੈਨੂੰ ਹੀ ਬਦਨਾਮ ਕਰਦੇ ਰਿਹਾ ਕਰੋ। ਮੈਂ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ। ਕਿਉਂ ਨਹੀਂ ਕਿਹਾ? ਉਹ ਕਹਿੰਦੀ ਕਹਿੰਦੀ ਤੂੰ ਤਾਂ ਕਹਿੰਦੀ ਤੀਜੇ ਦਿਨ ਕਹਿੰਦੀ ਕੁੱਟ ਖਾ ਕੇ ਛੱਤਰ ਖਾ ਕੇ ਵਗ ਜਾਂਦੀ ਆ, ਫਿਰ ਆ ਜਾਂਦੀ ਆ ਆਪੇ ਆਪੇ ਮੂੰਹ ਚੱਕ ਕੇ ਵਗ ਜਾਂਦੀ ਆਪੇ ਆ ਜਾਂਦੀ ਆ। ਨਹੀਂ ਇਸ ਗੱਲ ਦੇ ਵਿੱਚ ਮੇਰੀ ਨਹੀਂ ਤੁਹਾਡੀ ਵੱਡੀ ਬੇਇੱਜ਼ਤੀ ਹੈ। ਉਹ ਤਾਂ ਬੇਬੇ ਦਾ ਪਤਾ ਲੈਣ ਆਈਆਂ ਸੀ ਨਿਗਾਹ ਦਾ, ਪਤਾ ਲੈ ਕੇ ਮੁੜ ਗਿਆ, ਹੋਰ ਮੈਂ ਉਹਨਾਂ ਨੂੰ ਕੀ ਕਹਿਣਾ ਸੀ? ਬਸ ਰਹਿਣ ਦੋ, ਤੁਸੀਂ ਕਹਿ ਰਹੇ ਹੋ ਤੁਸੀਂ ਕੁਝ ਕਿਹਾ ਨਹੀਂ, ਤੁਹਾਨੂੰ ਪਤਾ ਹੈ ਜੇ ਇੱਕ ਗੱਲ ਹੋਵੇ ਨਾ ਅੰਬੋ 4 ਬਣਾ ਲੈਂਦੀ ਹੈ, ਜੇ ਤੁਸੀਂ ਕੋਈ ਗੱਲ ਕਹੀ ਹੈ ਤਾਂ ਹੀ ਅੰਬੋ ਨੇ ਮੈਨੂੰ ਐਵੇਂ ਕਿਹਾ ਵੀ ਅਮਰ ਦਾ ਕਹਿਣਾ ਮੈਂ ਤਾਂ ਕੁੱਟ ਕੇ ਭਜਾ ਦੀ, ਮੈਂ ਤਾਂ ਤਲਾਕ ਦਊਂਗਾ ਦੁਬਾਰੇ, ਐ ਕਰੂੰਗਾ ਉਹ ਕਰੂੰਗਾ, ਨਾ ਤੁਸੀਂ ਮੇਰੀ ਬੇਇੱਜ਼ਤੀ ਉਹ ਕਰਨੀ ਹੁੰਦੀ ਹੈ ਹਰ ਵਾਰੀ ਜੇ ਮੈਂ ਵਗ ਗਈ 4 ਦਿਨ। ਉਹ ਮੈਂ ਤਾਂ ਉਹਨਾਂ ਨੂੰ ਪਰਖ ਕੇ ਦੇਖਦਾ ਸੀਗਾ, ਜਿਹੜੀਆਂ ਤੇਰੀਆਂ ਸਹੇਲੀਆਂ ਬਣੀਆਂ ਫਿਰਦੀਆਂ ਨੇ ਉਹ ਤੇਰਾ ਘਰ ਤਾਂ ਉਹੀ ਪੱਟਦੀਆਂ ਨੇ।
ਨਾ ਕੀ ਕਰ ਪੜਦੀਆਂ ਨੇ, ਨਾ ਇਹੋ ਜਿਹਾ ਕੀ ਪਰਖ ਲਿਆ ਤੁਸੀਂ? ਨਾਲੇ ਅੰਗੋ ਹੁਣੀ ਨਾ ਉਹੀ ਮੂੰਹ ਦੀਆਂ ਕੌੜੀਆਂ ਨੇ, ਪਰ ਮੈਨੂੰ ਦਿਲ ਤੋਂ ਪਿਆਰ ਬਥੇਰਾ ਕਰਦੀਆਂ ਨੇ। ਉਹ ਨਹੀਂ ਪੱਟ ਸਕਦੀਆਂ ਮੇਰਾ ਘਰ, ਉਹੀ ਮਾਰੀ ਜਾਂਦੇ ਹੋ ਤੁਸੀਂ। ਉਹੀ ਬਸ ਤੁਸੀਂ ਉਹਨੂੰ ਚੰਗਾ ਨਹੀਂ ਸਮਝਦੇ ਤਾਂ ਤੁਸੀਂ ਆਹ ਗੱਲਾਂ ਕਰਦੇ ਹੋ। ਉਹ ਤਾਂ ਤੈਨੂੰ ਲੱਗ ਜੂ ਪਤਾ ਕਿੰਨਾ ਕੁ ਪਿਆਰ ਕਰਦੀਆਂ ਤੈਨੂੰ। ਆ ਹੁਣ ਚਾਰਜ ਲਾਇਆ ਪਿਆ, ਕੋਈ ਗੱਲ ਨਹੀਂ, ਆਨ ਹੋ ਜਾਂਦੇ, ਸਾਰੀ ਰਿਕਾਰਡਿੰਗ ਕਰੀ ਬੈਠਾ ਉਹਨਾਂ ਦੀ ਮੈਂ। ਅੱਛਾ ਚੱਲ ਕੋਈ ਗੱਲ ਨਹੀਂ, ਮੈਂ ਵੀ ਸੁਣਦੀ ਹਾਂ ਤੁਹਾਡੀ ਰਿਕਾਰਡਿੰਗ 'ਚ ਹੈਗਾ ਕੀ ਆ। ਹਾਂ ਲੱਗ ਜੂ ਪਤਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਦੇਖ ਲਾਂਗੇ। ਆ ਨਾਲੇ ਮੈਨੂੰ ਐਂ ਦੱਸੋ ਚਾਹ ਪੀਓਗੇ? ਚਾਹ ਬਣਾ ਲਾ ਘੁੱਟ। ਹਾਂ ਮੈਂ ਚਾਹ ਪੀ ਕੇ ਨਾ ਫਿਰ ਮੈਂ ਅੰਬੋ ਕੇ ਵੀ ਜਾ ਕੇ ਆਊਂਗੀ, ਨਾਲੇ ਪੁੱਛੂਗੀ ਅੰਬੋ ਨੂੰ ਵੀ ਤੂੰ ਹੀ ਸਾਡਾ ਫਿਰ ਘਰ ਪੱਟੀ ਜਾਂਦੀ ਆ, ਵੀ ਤੂੰ ਹੀ ਲਾਵਾ ਲੂਤੀਆਂ ਲਾਈ ਜਾਂਦੀ ਆ, ਵੀ ਉਹਨੇ ਤਾਂ ਕੁਛ ਕਿਹਾ ਹੀ ਨਹੀਂ ਮੈਨੂੰ। ਨਾ ਨਾ ਪੁੱਛ ਲਈ, ਕੋਈ ਗੱਲ ਨਹੀਂ, ਆ ਤੈਨੂੰ ਲੱਗ ਜੂ ਪਤਾ, ਸੁਣਾ ਦੂੰ ਤੈਨੂੰ ਮੈਂ ਗੱਲ ਉਹਨਾਂ ਦੀ ਸਾਰੀ। ਕੋਈ ਗੱਲ ਨਹੀਂ, ਪਹਿਲਾਂ ਤਾਂ ਹੁਣ ਤੁਹਾਡੀ ਰਿਕਾਰਡਿੰਗ ਹੀ ਸੁਣਨੀ ਪਊ ਜਿਹੜਾ ਬਾਰ ਬਾਰ ਕਹੀ ਜਾਂਦੇ ਹੋ। ਸੁਣਾਇਆ ਮੈਨੂੰ ਰਿਕਾਰਡਿੰਗ, ਆ ਮੈਂ ਚਾਹ ਲੈ ਕੇ ਆਉਂਦੀ ਹਾਂ, ਮੈਨੂੰ ਰਿਕਾਰਡਿੰਗ ਸੁਣਾ ਦਿਓ ਨਾਲੇ। ਕੋਈ ਗੱਲ ਨਹੀਂ, ਲੈ ਆ ਫੋਨ, ਆਉਣ ਹੋ ਜੂ, ਇੰਨੇ ਲੱਗ ਜੂ ਤੈਨੂੰ ਪਤਾ ਤੇਰੀਆਂ ਸਹੇਲੀਆਂ ਦਾ। ਨਾ ਹੁਣ ਕਿੰਨਾ ਕੁ ਟਾਈਮ ਲੱਗਿਆ ਰੋਟੀ ਖਾਣ ਤੇ, ਉਹੀ ਤੜਫੀ ਜਾਂਦਾ ਸੀਗਾ ਮਾੜੇ ਮਾੜੀ ਗੱਲ ਤੇ। ਉਹ ਟਾਈਮ ਲੱਗਿਆ ਚਾਹੇ ਨਾ ਲੱਗਿਆ, ਤਾਂ ਤੈਨੂੰ ਪਤਾ ਖੇਤ ਦਾ ਕੰਮ ਤਾਂ ਖੇਤ ਹੀ ਹੁੰਦਾ। ਹੁਣ ਜਾਣਾ ਦੁਆਰੇ ਮੇਰੇ ਜਾਂਦੇ ਨੂੰ ਟੱਬਰ ਭਰਿਆ ਪਿਆ ਹੋਊ, ਹੁਣ ਦੂਜੇ ਛੱਡਣਾ ਜਾ ਕੇ। ਜੇ ਛੱਡ ਲਾ ਤੂੰ ਤਾਂ ਐਂ ਕਰਦਾ, ਘਰੇ ਨਾ ਕੋਈ ਮਾੜਾ ਮੋਟਾ ਕੰਮ ਦੇਖਿਆ ਕਰ, ਸਾਰਾ ਦਿਨ ਖੇਤ ਹੀ ਆ ਨਾ। ਖੇਤ ਸੀਰੀ ਨੂੰ ਸੱਦ ਲਿਆ, ਉਹ ਘਰੇ ਬੈਠਾ ਕੀ ਕਰਦਾ? ਓਏ ਉਹਨਾਂ ਦੇ ਵਿਆਹ ਅਗਲਿਆਂ ਦੇ, ਜਦੋਂ ਅਗਲਾ ਕਹਿ ਕੇ ਗਿਆ ਵੀ ਬਾਈ ਮੈਂ ਤਾਂ ਹੁਣ ਮਹੀਨਾ ਇੱਕ ਆਉਂਦਾ ਨਹੀਂ ਕੰਮ ਤੇ, ਬੇਸ਼ੱਕ ਆਪਦੇ ਰੁਪਈਏ ਕੱਟ ਲਿਓ। ਆਹੋ ਰੁਪਈਏ ਕੱਟਣ ਦਾ ਕੀ ਫਾਇਦਾ, ਆ ਕੰਮ ਦੀ ਰੁੱਤ ਵਿਆਹ ਧਰ ਕੇ ਬਹਿ ਜਾਂਦੇ ਨੇ ਇਹ। ਉਹ ਵਿਆਹ ਦਾ ਸਭ ਤੋਂ ਵੱਡਾ ਕੰਮ ਹੁੰਦਾ, ਮਸਾਂ ਤਾਂ ਵਿਚਾਰੇ ਦੇ ਵਿਆਹ ਹੋਇਆ ਹੋਇਆ, ਘਰੇ ਵਿਆਹ ਗਾ ਉਹਨਾਂ ਦੇ, ਉਹੀ ਮਰੀ ਜਾਂਦੀ ਆ, ਤੂੰ ਉਹਨੂੰ ਕਰ ਲੈਣ ਦੇ। ਮੈਂ ਕਹਿੰਦੀ ਸੀਗੀ ਆ ਦੁੱਧ ਵਾਲੇ ਤੋਂ ਪੈਸੇ ਲੈ ਕੇ, ਆਹਾ ਪੈਸੇ ਲੈ ਕੇ ਮੇਰਾ ਵੀ ਦਿਮਾਗ ਨਹੀਂ ਕੰਮ ਕਰਦਾ, ਪੈਸੇ ਲੈ ਲੈ ਸੀ ਹਿਸਾਬ ਕਰਕੇ, ਅੱਜ 10 ਤਰੀਕ ਹੋ ਗਈ, ਕੱਲ ਨੂੰ ਦੇਊਗਾ, ਦਿੰਦਾ ਨਹੀਂ ਅੱਜ ਉਹਨੇ ਆਖਿਆ। ਫਿਰ ਵੀ ਮੈਨੂੰ ਤਾਂ ਅੱਜ 500 ਰੁਪਏ ਚਾਹੀਦਾ ਸੀ, ਮੈਂ ਤਾਂ ਬਾਬੇ ਕੋਲੇ ਵੀ ਜਾ ਕੇ ਆਉਣਾ ਕੱਲ ਨੂੰ। ਕਿਹੜੇ ਬਾਬੇ ਕੋਲੇ? ਉਹਦੇ ਉਬੜਾਏ ਬਾਬੇ ਕੋਲੇ, ਚਿੱਬੜਾ ਵਾਲੀ ਜਿੱਥੇ ਜਾਂਦੇ ਆ। ਉਹ 500 ਝਾੜਾ ਨਾਲ ਨਹੀਂ ਲੱਗਦਾ, ਬਾਬੇ ਨੂੰ ਦੇ ਕੇ ਆਉਣਾ ਉੱਥੇ 500, ਹੱਦਾਂ ਤੇਰੇ ਵਾਲੀ ਜਾਵਾਂ। ਨਾ ਤੂੰ ਤਾਂ ਆਈ ਵਾਰੀ ਹਾਂ ਕਰਦਾ, ਝਾੜਾ ਨਾਲ ਨਹੀਂ ਲੱਗਦੇ ਫਲਾਣਾ, ਮੇਰੇ ਕੰਮ ਵਾਰੀ ਤੂੰ ਪੈਸੇ ਨਾ ਦੇ। ਚੱਲ ਮੈਂ ਤਾਂ ਚਾਚੀ ਤੋਂ ਫੜ ਲੂੰ, 500 ਪਹਿਲਾਂ ਦੇਣਾ, 500 ਹੋਰ ਚੜ ਜੂਗਾ ਉਹਦਾ ਹੋਰ। ਆਹੋ ਆਹੋ ਚੱਲ ਚੰਗਾ, ਮੈਂ ਤਾਂ ਜਾਣਾ ਖੇਤ ਨੂੰ। ਬਾਲਟੀ ਗਣੀ ਦੇਖੀ ਜਾਂਦਾ ਵੀ ਕਿੰਨੀ ਕੂਣੀ ਆ ਜਾਂ ਕਿੰਨੀ ਕੁ ਭਰੀ ਆ, ਪੈਸਿਆਂ ਵਾਰੀ ਇਹਦੇ ਉਹ ਨਹੀਂ। ਕਿਵੇਂ ਪਾਲੀ? ਠੀਕ ਆ ਚਾਚੀ, ਤੂੰ ਕਿਵੇਂ? ਦੁਪਹਿਰੇ ਤੇਰੇ ਕਿੱਥੇ ਫਿਰਦੀ ਆ? ਮੈਂ ਦੁਪਹਿਰੇ ਦੁਪਹਿਰੇ ਕੀ ਫਿਰਦੀ ਆ, ਮੇਰਾ ਘਰੇ ਜੀ ਜਾਨ ਨਹੀਂ ਲੱਗਿਆਗਾ। ਅੱਛਾ ਅੱਛਾ, ਮੈਂ ਅੱਖ 10 ਮਿੰਟ ਚੱਲ ਰਣਦੀਪ ਕੋਲੇ ਜਾਇਆ ਵਾਂ। ਅੱਛਾ, ਹੋਰ ਚੱਲ ਬਾਬਾ ਤਾਂ ਬਸ ਪਾਇ ਗਿਆ ਸੀਗਾ ਤੇ ਮੈਂ ਅੱਖ ਚੱਲ ਇਹਨੂੰ ਪਿਆਰ ਰਹਿਣ ਦੇ ਬਿੰਦ ਝੱਟ ਮਹਾ ਮੈਂ ਜਾ ਕੇ ਆਉਂਦੀ। ਠੀਕ ਆ ਚੱਲ, ਕੋਈ ਨਹੀਂ, ਬਾਈ ਜਾ ਕਰੀ ਹੈਗੀ। ਚੰਗਾ ਚੰਗਾ। ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੁਣ ਅਸੀਂ ਨਾਮ ਬੋਲਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰੇ ਨੇ। ਹਰਮੀਤ ਕੌਰ, ਗੀਤਾ ਰਾਣੀ ਲੁਧਿਆਣਾ ਤੋਂ ਜੀ, ਮਾਨ ਬੋਇਜ, ਪਰਵੀਜ ਸ਼ਾਹ ਪਾਕਿਸਤਾਨ ਤੋਂ, ਭੋਲਾ ਬਰਾੜ ਚੋਟੀਆਂ ਵਾਲਾ, ਜਸਵੀਰ ਕੌਰ ਮਲੇਸ਼ੀਆ ਤੋਂ, ਗੁਰਮੇਲ ਖੰਗੂਰਾ, ਸਿਮਰ ਬਾਬਾ ਜੀ, ਅਵਤਾਰ ਸਿੰਘ ਸ਼ਾਨੇਵਾਲ ਤੋਂ, ਸ਼ਾਨ ਮਿਰਜ਼ਾ ਪਾਕਿਸਤਾਨ ਤੋਂ ਜੀ, ਮਕਿੰਦਰ ਕੌਰ, ਕੈਰੀ ਲੌਂਗੋਵਾਲ, ਜਸਵਿੰਦਰ ਸਿੰਘ, ਦਿਲਪ੍ਰੀਤ ਕੌਰ, ਰਜਿੰਦਰ ਕੌਰ ਰੇਤਗੜ੍ਹ, ਜਗਦੀਸ਼ ਸਿੰਘ ਕਰਨਵਾਲ, ਕਲਵੰਤ ਕੌਰ USA ਤੋਂ ਜੀ, ਜੀਤ ਕੌਰ ਧਮਾਨ ਬਠਿੰਡਾ ਤੋਂ, ਨਿਰਮਲ ਸਿੰਘ, ਅਰਮਾਨ ਸਿੱਧੂ,
ਗੁਰਦੀਪ ਸਿੰਘ ਦਿਓਣ ਨਾਮਸੋਤ ਦੀਪਾ ਰਾਜਦੀਪ ਗਿੱਲ ਜਲੰਧਰ ਤੋਂ ਜੀ ਹਰਜਿੰਦਰ ਪੁਰਬਾ ਈਤ ਸਿੰਘ ਹਰਜੀਤ ਸਿੰਘ ਹਰਭਜਨ ਕੌਰ ਪੰਚਕੁਲਾ ਤੋਂ ਬਨੀਤ ਗੁਪਤਾ ਮਨਵਿੰਦਰ ਗਿੱਲ ਕਨੇਡਾ ਤੋਂ ਜੀ ਹਰਪਾਲ ਸਿੰਘ ਜਸਦੀਪ ਸਿੱਧੂ ਅਮਰ ਸਿੰਘ ਪਟਿਆਲਾ ਤੋਂ ਦਲਜੀਤ ਪੰਧੇਰ USA ਤੋਂ ਦਲਜੀਤ ਕੌਰ ਸੈਣਾ USA ਤੋਂ ਕੁਲਦੀਪ ਖੰਗੂਰਾ ਕਨੇਡਾ ਤੋਂ ਜੀ ਰਣਜੀਤ ਕੌਰ ਕੁਲਵਿੰਦਰ ਕੌਰ ਬਲਵੰਤ ਸਿੰਘ ਪਤਵੰਤ ਸਿੰਘ ਜਸਵੀਰ ਹਾਂਜੀ ਇਹ ਸਨ ਜਿਨ੍ਹਾਂ ਨੇ ਸਾਨੂੰ ਵੀਡੀਓ ਤੇ ਵਧੀਆ ਵਧੀਆ ਕਮੈਂਟ ਕੀਤੇ ਆ ਜੀ ਇਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਹਾਂਜੀ ਹੁਣ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਸਿੱਧੂ ਪੰਜਾਬ TV ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਜਿਹੜੇ ਆਪਣੇ ਵੀਡੀਓ 'ਚ ਨਾਮ ਬੁਲਵਾਉਣਾ ਚਾਹੁੰਦੇ ਹਨ ਉਹ ਆਪਣਾ ਪਿੰਡ ਅਤੇ ਜਾਂ ਪਿੰਡ ਤੋਂ ਨੇ ਜਾਂ ਸ਼ਹਿਰ ਤੋਂ ਨੇ ਆਪਦਾ ਨਾਮ ਪਿੰਡ ਦਾ ਤੇ ਸ਼ਹਿਰ ਦਾ ਜ਼ਰੂਰ ਲਿਖਿਆ ਕਰੋ ਜੀ ਨਾਲੇ ਆਪਦਾ ਨਾਮ ਤੇ ਅਸੀਂ ਉਹਨਾਂ ਦੇ ਨਾਮ ਜ਼ਰੂਰ ਬੋਲਿਆ ਕਰਾਂਗੇ ਨਾਲੇ ਸਾਡਾ ਇੰਸਟਾਗ੍ਰਾਮ ਤੇ ਪੇਜ ਆ ਜੀ ਸਿੱਧੂ ਪੰਜਾਬ TV ਉਹਨੂੰ ਵੀ ਫੋਲੋ ਕਰੋ ਜੀ ਜਾ ਕੇ ਤੇ ਬਹੁਤ ਵਧੀਆ ਰੀਲਾਂ ਹੁੰਦੀਆਂ ਨੇ ਉਹ ਦੇਖੋ ਜ਼ਰੂਰ ਧੰਨਵਾਦ ਜੀ ਸਾਰਿਆਂ